ਦਿੱਲੀ ਤੋਂ ਚਾਹੇ ਕੇਜਰੀਵਾਲ ਆਵੇ, ਚਾਹੇ ਮੋਦੀ ਆਵੇ, ਚਾਹੇ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਕੋਈ ਵੀ, ਉਹ ਸਿੱਖਾਂ ਦਾ ਅਤੇ ਘੱਟ ਗਿਣਤੀਆਂ ਦਾ ਦੁਸ਼ਮਣ ਹੋ ਸਕਦਾ, ਯਾਰ ਨਹੀਂ ਹੋ ਸਕਦਾ। ਅਤੇ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਸਮਝ ਕੇ ਇਹਨਾਂ ਦੇ ਖਿਲਾਫ ਡਟਣਾ ਚਾਹੀਦਾ ਹੈ। ਜਿਸ ਤਰ੍ਹਾਂ ਮੁਸਲਮਾਨਾਂ 'ਤੇ ਇਹ ਹੋ ਰਿਹਾ ਹੈ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ 'ਤੇ ਹੋਣਾ ਹੈ। ਇੱਥੇ ਜੇ ਕੋਈ ਬੰਬ ਧਮਾਕੇ ਕਰਕੇ ਅਤੇ ਪ੍ਰਗਿਆ ਵਰਗੀ ਸਾਧਵੀ ਉਹ ਆਉਂਦੀ ਹੈ ਅਤੇ ਉਹਨੂੰ ਇੱਥੇ ਚੇਅਰਮੈਨੀਆਂ ਮਿਨਿਸਟਰੀਆਂ ਦੇ ਔਫਰ ਦਿੱਤੇ ਜਾਂਦੇ ਆ, ਅਤੇ ਜੇ ਕੋਈ ਘੱਟ ਗਿਣਤੀ ਕੌਮ ਨਾਲ ਸੰਬੰਧਿਤ ਹੈ ਉਹਨਾਂ ਵਾਸਤੇ ਲੰਬੀਆਂ ਸਜ਼ਾਵਾਂ ਨੇ। ਜਿਸ ਦਿਨ ਇਹਨਾਂ ਦਾ ਧਰਮ ਡੁੱਬ ਰਿਹਾ ਸੀ ਉਸ ਦਿਨ ਸਿੱਖਾਂ ਦੇ ਸਤਿਗੁਰਾਂ ਨੇ ਆਪਣਾ ਸੀਸ ਬਲੀਦਾਨ ਦੇ ਕੇ ਇਹਨਾਂ ਦਾ ਡੁੱਬਦਾ ਧਰਮ ਬਚਾਇਆ। ਇਹਨਾਂ ਦੇ ਮੰਦਿਰ ਢੱਟ ਰਹੇ ਸੀ, ਇਹਨਾਂ ਦੇ ਧਰਮ ਦਾ ਵਿਨਾਸ਼ ਹੋ ਰਿਹਾ ਸੀ। ਕਿ ਧਰਮਾਂ ਨੂੰ ਭੁੱਲ ਕੇ ਇਹ ਫਿਰ ਮੁਗਲ ਸਾਮਰਾਜ ਵਾਲੀ ਨੀਤੀ 'ਤੇ ਉੱਤਰ ਆਇਆ ਕਿ ਇੱਕ ਦੇਸ਼ ਇੱਥੇ ਇੱਕ ਕਦੀਮ ਨਹੀਂ ਵਾਪਰ ਸਕਦਾ। ਇੱਥੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਦਾ ਖੂਨ ਹੈ ਇਸ ਧਰਤੀ 'ਤੇ, ਖੂਨ ਦੀਆਂ ਨਦੀਆਂ ਇਸ ਕੌਮ ਨੇ ਵਗਾਈਆਂ ਨੇ। ਇਹ ਕਿਸੇ ਦੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦੇਵੇਗੀ। ਜੇ ਅੱਜ ਦੂਜਿਆਂ ਨਾਲ ਹੁੰਦੀ ਹੈ, ਪੜੋਸੀ ਕੇ ਜੋ ਹੂਆ ਆਪਣੇ ਭੀ ਜਾਣ, ਸੋ ਸਾਡੇ ਨਾਲ ਵੀ ਵਾਪਰ ਸਕਦਾ। ਸਾਨੂੰ ਸੁਚੇਤ ਹੋਣਾ ਚਾਹੀਦਾ, ਸਾਡੀਆਂ ਕੌਮਾਂ ਨੂੰ ਜਾਗਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਪੂਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਮਲੋਟ ਦੇ ਵਿੱਚ ਅੱਜ ਸਾਡਾ ਇਹ ਆਉਣ ਦਾ ਮਸਤਕ ਇਹ ਹੈ। ਇੱਥੋਂ ਅਸੀਂ ਤੁਹਾਡੇ ਮਾਧਿਅਮਾਂ ਰਾਹੀਂ ਗੱਲ ਕਰਨੀ ਚਾਹੁੰਦੇ ਹਾਂ ਕਿ ਜਿਹੜਾ ਨਾਗਰਿਕਾ ਸੋਧ ਬਿੱਲ ਪਾਸ ਕੀਤਾ ਸੈਂਟਰ ਗੌਰਮੈਂਟ ਨੇ, ਹਿੰਦੂਤ ਨੇ, ਉਹਦੀ ਜਿਹੜੇ ਚੰਗੀ ਅਣਖ ਵਾਲੇ ਯੋਧੇ ਅਤੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਹੈ ਉਹ ਉਹਨਾਂ ਦੇ ਹੱਕ ਵਿੱਚ ਵੋਟ ਨਹੀਂ ਪਾਉਂਦੇ, ਅਤੇ ਜਿਹੜੇ ਬੰਦੇ ਉਹਨਾਂ ਦੇ ਹੱਕ ਵਿੱਚ ਵੋਟ ਪਾਉਂਦੇ ਆ ਕਿ ਇਹ ਬਿੱਲ ਜਿਹੜਾ ਲਾਗੂ ਹੋਣਾ ਚਾਹੀਦਾ ਹੈ, ਉਹਨਾਂ ਤੋਂ ਸਾਨੂੰ ਅਤੇ ਸਾਡੀ ਪੂਰੀ ਕੌਮ ਨੂੰ ਸੇਧ ਲੈਣੀ ਚਾਹੀਦੀ ਆ ਕਿ ਇਹ ਜਿਹੜੇ ਸਾਡੇ ਆਪਣੇ ਸਕੇ ਨਹੀਂ ਹੋ ਸਕਦੇ। ਦਿੱਲੀ ਤੋਂ ਚਾਹੇ ਕੇਜਰੀਵਾਲ ਆਵੇ, ਚਾਹੇ ਮੋਦੀ ਆਵੇ, ਚਾਹੇ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਕੋਈ ਵੀ, ਉਹ ਸਿੱਖਾਂ ਦਾ ਅਤੇ ਘੱਟ ਗਿਣਤੀਆਂ ਦਾ ਦੁਸ਼ਮਣ ਹੋ ਸਕਦਾ, ਯਾਰ ਨਹੀਂ ਹੋ ਸਕਦਾ। ਇਸ ਕਰਕੇ ਸਾਡੀ ਜਿਹੜੀ ਪਾਰਟੀ ਹੈ, ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਇਸ ਬਿੱਲ ਦੀ। ਉਹ ਕਹਿੰਦੇ ਹੈ ਕਿ ਜੇ ਜੰਜੂ ਬਚਾਇਆ ਹਿੰਦੂਆਂ ਦਾ ਨੌਵੇਂ ਪਾਤਸ਼ਾਹ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਅਤੇ ਫਿਰ ਮੁਸਲਮਾਨਾਂ 'ਤੇ ਜ਼ੁਲਮ ਹੁੰਦਾ ਵੇਖ ਕੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਘਰ ਦਾ ਸੰਦਾਨ ਦੇ ਉਹ ਜਿਹੜਾ ਸਿੱਖ ਉਹਨੂੰ ਚੰਗੀ ਤਰ੍ਹਾਂ ਸਮਝਦੇ ਆ ਕਿ ਸਾਨੂੰ ਕਿਸੇ 'ਤੇ ਵੀ ਜ਼ੁਲਮ ਹੁੰਦਾ ਵੇਖ ਕੇ ਜਿਹੜਾ ਉਹਦੇ ਖਿਲਾਫ ਡਟਣਾ ਚਾਹੀਦਾ ਹੈ, ਲੜਾਈ ਲੜਨੀ ਚਾਹੀਦੀ ਹੈ। ਅਤੇ ਅਸੀਂ ਜੰਮੂ ਕਸ਼ਮੀਰ ਵੀ ਜਾ ਕੇ ਆਏ ਹਾਂ, ਅਸੀਂ ਮਲੇਰਕੋਟਲੇ ਵੀ ਸਾਡੀ ਪਾਰਟੀ ਨੇ ਤਿੱਖਾ ਸੰਘਰਸ਼ ਕੀਤਾ ਹੈ, ਅਤੇ ਅਸੀਂ ਆਪਣਾ ਰੋਸ ਜ਼ਾਹਰ ਕਰਦੇ ਹਾਂ ਕਿ ਇਹੋ ਜਿਹੜੇ ਕਾਨੂੰਨ ਹੈ ਨਹੀਂ ਮੰਨਣੇ ਚਾਹੀਦੇ। ਜੇ ਇੱਦਾਂ ਦੇ ਕਾਨੂੰਨ ਬਣਨਗੇ ਤਾਂ ਫਿਰ ਕਿਤੇ ਨਾ ਕਿਤੇ ਡਾਕਟਰ ਮਨਮੋਹਨ ਸਿੰਘ ਜੀ ਵੀ ਪਾਕਿਸਤਾਨ ਤੋਂ ਆਏ ਹੋਏ ਹੈ, ਅਤੇ ਸਾਰੇ ਇਹ ਜਿਹੜੇ ਵੱਡੇ ਵੱਡੇ ਲੀਡਰ ਇਹਨਾਂ ਨੂੰ ਵੀ ਇਸ ਗੱਲ ਦੀ ਵਿਰੋਧ ਕਰਨਾ ਚਾਹੀਦਾ ਹੈ
ਕਿ ਜਿਹੜਾ ਦਿੱਲੀ ਹਕੂਮਤ ਗਲਤ ਫੈਸਲੇ ਲੈ ਰਹੀ ਹੈ ਇਹ ਨਹੀਂ ਲੈਣੇ ਚਾਹੀਦੇ। ਅਤੇ ਅਸੀਂ ਇਹ ਸਮਝਦੇ ਹਾਂ ਕਿ ਮੇਰੇ ਨਾਲ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਜੀ ਬੈਠੇ ਹਨ, ਗੋਪਾਲਾ ਜੀ ਬਾਬਾ ਜੀ ਬੈਠੇ ਹੈ, ਡਾਕਟਰ ਪ੍ਰਭਜੀਤ ਸਿੰਘ ਜੀ ਸ਼ਹਿਰੀ ਪ੍ਰਧਾਨ ਸਾਡੇ ਬੈਠੇ ਹੈ, ਅਤੇ ਸਾਡੀ ਪੂਰੀ ਟੀਮ ਇੱਥੇ ਜਿਹੜੀ ਇਹ ਗੱਲ ਕਰਨੀ ਚਾਹੁੰਦੀ ਹੈ ਕਿ ਜਿਹੜੇ ਦੇਸ਼ ਦੇ ਵਿੱਚ ਧੀਆਂ ਭੈਣਾਂ ਦੀਆਂ ਚੁੰਨੀਆਂ ਲਾ ਕੇ ਬੇਅਦਬੀ ਕੀਤੀ ਜਾਵੇ ਅਤੇ ਇਨਸਾਫ ਲੈਣ ਵਾਸਤੇ ਕਿਤੇ ਨਾ ਕਿਤੇ ਉਹ ਭਾਵੇਂ ਬੇਟੀ ਦਾ ਬਾਪ ਥਾਣੇਦਾਰ ਹੋਵੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ, ਭਾਵੇਂ ਆਮ ਇਨਸਾਨ ਹੋਵੇ ਉਹਨੂੰ ਦਫ਼ਤਰ ਥਾਣੇ ਦੇ ਵਿੱਚ ਉਹਦੀ ਦਰਖਾਸਤ ਜਿਹੜੀ ਦਾਖਲ ਨਹੀਂ ਕੀਤੀ ਜਾਂਦੀ। ਅਤੇ ਇਸ ਕਰਕੇ ਜਿਹੜਾ ਗੰਢੇ ਦੀ ਜਗ੍ਹਾ 'ਤੇ ਡੰਡਾ ਗੌਰਮੈਂਟ ਨੇ, ਸੈਂਟਰ ਗੌਰਮੈਂਟ ਨੇ ਘੱਟ ਗਿਣਤੀਆਂ ਨੂੰ ਵਧਾਇਆ ਹੈ, ਅਤੇ ਉਹ ਮੈਂ ਸਮਝਦਾ ਹੈ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ। ਅਤੇ ਸਾਨੂੰ ਅਤੇ ਸਾਡੇ ਪੂਰੀ ਕੌਮ ਨੂੰ, ਸਿੱਖਾਂ ਨੂੰ ਇਸ ਗੱਲ ਤੋਂ ਜਾਣੂ ਹੋ ਜਾਣਾ ਚਾਹੀਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਇਲੈਕਸ਼ਨਾਂ ਹੈ ਉਹਦੇ ਵਿੱਚ ਵੀ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਭਾਵੇਂ ਉਹ ਟਕਸਾਲੀ ਹੋਣ, ਭਾਵੇਂ ਉਹ ਬੈਂਸ ਹੋਣ, ਭਾਵੇਂ ਖਹਿਰਾ ਸਾਹਿਬ ਜਿਹੜੇ ਵੀ ਹੈ, ਜੇ ਉਹ ਡਟ ਕੇ ਇਹਨਾਂ ਦੀ ਘੱਟ ਗਿਣਤੀਆਂ ਦੀ ਮਦਦ ਨਹੀਂ ਕਰਦੇ, ਇਹਨਾਂ ਸਰਕਾਰਾਂ ਦਾ ਵਿਰੋਧ ਨਹੀਂ ਕਰਦੇ, ਤਾਂ ਫਿਰ ਉਹ ਕਿਤੇ ਨਾ ਕਿਤੇ ਸਾਡੇ ਸਕੇ ਨਹੀਂ ਹੋ ਸਕਦੇ। ਹਮੇਸ਼ਾ ਹੀ ਜਿਹੜਾ ਹੈ ਉਹ ਸਾਨੂੰ ਅਤੇ ਸਾਡੀ ਪਾਰਟੀ ਨੂੰ ਹਰ ਥਾਂ 'ਤੇ ਗ੍ਰਿਫਤਾਰੀਆਂ ਅਤੇ ਧਰਨੇ ਦੇਣੇ ਪੈਂਦੇ ਹੈ। ਅਤੇ ਇਸ ਕਰਕੇ ਹਮ ਖਿਆਲੀ ਜਿਸ ਤਰ੍ਹਾਂ ਸਾਰੀਆਂ ਜਥੇਬੰਦੀਆਂ ਅਤੇ ਜਿਹੜੇ ਸਾਡੇ ਸੰਘਰਸ਼ੀ ਯੋਧੇ ਹੈ ਉਹ ਥਾਂ ਥਾਂ ਵਿਰੋਧ ਕਰਦੇ ਹੈ, ਅਤੇ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਸਮਝ ਕੇ ਇਹਨਾਂ ਦੇ ਖਿਲਾਫ ਡਟਣਾ ਚਾਹੀਦਾ ਹੈ। ਅਤੇ ਹੁਣ ਅਸੀਂ ਇੱਥੇ ਇਹ ਗੱਲ ਜ਼ਰੂਰੀ, ਸਾਨੂੰ ਵਿਸ਼ਾ ਹੈ ਸਾਡਾ ਕਿ ਜਿਸ ਤਰ੍ਹਾਂ ਮੁਸਲਮਾਨਾਂ 'ਤੇ ਇਹ ਹੋ ਰਿਹਾ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ 'ਤੇ ਹੋਣਾ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੀ ਕੌਮ ਜਾਗ ਪਵੇ ਅਤੇ ਜਾਗ ਕੇ ਇਹਨਾਂ ਦਾ ਵਿਰੋਧ ਕਰੇ। ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਪੰਜਾਬੀਆਂ ਨੂੰ ਅਤੇ ਘੱਟ ਗਿਣਤੀ ਭਾਈਚਾਰੇ ਨੂੰ, ਵਿਦੇਸ਼ 'ਚ ਵੱਸਦੇ ਸਮੂਹ, ਹਰ ਧਰਮ ਨਾਲ ਜੁੜੇ ਵੀਰਾਂ ਨੂੰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਵੱਲੋਂ ਇੱਕ ਅਪੀਲ ਹੈ ਕਿ ਜਿਵੇਂ ਭਾਰਤ ਮੁਲਕ ਦੇ ਵਿੱਚ ਘੱਟ ਗਿਣਤੀ ਕੌਮਾਂ ਨੂੰ ਇੱਥੇ ਦਬਾਇਆ ਜਾ ਰਿਹਾ, ਉਹਨਾਂ ਦੇ ਹੱਕ ਕੁਚਲੇ ਜਾ ਰਹੇ ਨੇ, ਕਦੀ ਇੱਥੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਇਆ ਜਾਂਦਾ, ਅਤੇ ਕਦੇ ਇੱਥੇ ਰਵਿਦਾਸ ਭਗਤ ਦੇ ਉਹਨਾਂ ਦੇ ਭਾਈਚਾਰਕ ਧਰਮਾਂ ਨੂੰ, ਉਹਨਾਂ ਦੇ ਗ੍ਰੰਥਾਂ ਨੂੰ, ਉਹਨਾਂ ਦੇ ਮੰਦਰਾਂ ਨੂੰ, ਅਸਥਾਨਾਂ ਨੂੰ ਜਿਵੇਂ ਦਿੱਲੀ 'ਚ ਪਿਛਲੇ ਦਿਨੀਂ ਢਾਇਆ ਗਿਆ। ਇਹ ਹਿੰਦੂਤਵ ਜਿਹੜਾ ਹੈ ਇਹ ਕਿਤੇ ਨਾ ਕਿਤੇ ਆਪਣੀ ਬਦਨੀਤ ਜਿਹੜੀ ਆ ਉਹ ਜਗ ਜ਼ਾਹਰ ਕਰ ਰਿਹਾ। ਉਸ ਤੋਂ ਪਹਿਲਾਂ ਕਿ ਸਿੱਖਾਂ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਇਸ਼ਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਸਿੱਖਾਂ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਿਆ, ਕਿਸੇ ਨੂੰ ਵੀ ਇੱਥੇ ਇਨਸਾਫ ਨਹੀਂ ਮਿਲਦਾ। ਇੱਥੇ ਜੇ ਕੋਈ ਬੰਬ ਧਮਾਕੇ ਕਰਕੇ ਅਤੇ ਪ੍ਰਿਗਿਆ ਵਰਗੀ ਸਾਧਵੀ ਉਹ ਆਉਂਦੀ ਹੈ ਅਤੇ ਉਹਨੂੰ ਇੱਥੇ ਚੇਅਰਮੈਨੀਆਂ ਮਿਨਿਸਟਰੀਆਂ ਦੇ
ਔਫਰ ਦਿੱਤੇ ਜਾਂਦੇ ਆ। ਅਤੇ ਜੇ ਕੋਈ ਘੱਟ ਗਿਣਤੀ ਕੌਮ ਨਾਲ ਸੰਬੰਧਿਤ ਹੈ, ਆਪਣੇ ਧਰਮ ਦਾ ਹੱਕ ਦਾ ਨਾਅਰਾ ਮਾਰਦਾ, ਉਹਨਾਂ ਵਾਸਤੇ ਲੰਬੀਆਂ ਸਜ਼ਾਵਾਂ ਨੇ। ਚਾਹੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ, ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਹੋਣ, ਚਾਹੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਨੇ, ਚਾਹੇ ਉਹ ਹੁਣ ਉਹਨਾਂ ਨਾਲ ਵੀ ਇਹਨਾਂ ਨੇ ਜੋ ਬੇਇਨਸਾਫੀ ਕੀਤੀ ਹੈ, ਹੁਣ ਪਹਿਲੋਂ ਵਾਅਦੇ ਕਰਕੇ ਕਿ ਅਸੀਂ ਇਹਨਾਂ ਨੂੰ ਸਿੱਖਾਂ ਨੂੰ ਰਿਹਾਅ ਕਰਾਂਗੇ ਅੱਠ ਸਿੱਖਾਂ ਨੂੰ, ਅਤੇ ਹੁਣ ਭਾਈ ਭੁੱਲਰ ਸਾਹਿਬ ਦਾ ਫੇਰ ਇਹਨਾਂ ਨੇ ਗੱਲ ਤੋਰ ਲਈ ਹੈ ਕਿ ਉਹਨਾਂ ਦੀ ਜਿਹੜੀ ਸਜ਼ਾ ਉਹਦੇ 'ਤੇ ਅਜੇ ਬਹਿਸ ਹੋਵੇਗੀ, ਉਹ ਹੋਏਗੀ। ਕਹਿਣ ਤੋਂ ਭਾਵ ਆ ਕਿ ਇਹ ਜਿਹੜਾ ਹਿੰਦੂ ਸਿਸਟਮ ਆ, ਹਿੰਦੂ ਕਲਚਰ ਆ, ਜਿਹੜਾ ਭਗਵਾਂ ਕਰਨਾ, ਜਿਹੜਾ ਇਹ ਇੱਕੋ ਗੱਲ RSS ਇੱਕੋ ਹੀ ਦੇਸ਼ ਬਣਾਉਣਾ ਚਾਹੁੰਦੇ ਆ ਕਿ ਹਿੰਦੁਸਤਾਨ ਹੈ, ਹਮ ਹਿੰਦੂ ਹੈ, ਹਿੰਦੁਸਤਾਨ ਹਮਾਰਾ ਹੈ, ਗਰਵ ਸੇ ਕਹੋ ਹਮ ਹਿੰਦੂ ਹੈ, ਇਹ ਲੋਕਾਂ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਆ। ਲੇਕਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਰ ਧਰਮ ਦੇ ਨਾਲ, ਮੁਸਲਿਮ ਭਾਈਚਾਰੇ ਨਾਲ, ਖਾਸ ਕਰਕੇ ਹੋਰ ਘੱਟ ਗਿਣਤੀ ਕੌਮਾਂ ਨਾਲ, ਸਿੱਖ ਕੌਮ ਡਟ ਕੇ ਖੜ੍ਹੀ ਹੈ। ਔਰ ਠੋਕ ਵਜਾ ਕੇ ਇਸ ਗੱਲ 'ਤੇ ਪਹਿਰਾ ਦੇਵਾਂਗੇ ਕਿ ਜਿੱਥੋਂ ਤੱਕ ਵੀ ਕੋਈ ਵੀ ਵੀਰ ਭਰਾ ਹੈ ਕਿਸੇ ਨਾਲ ਬੇਇਨਸਾਫੀ ਧੱਕਾ ਹੁੰਦਾ, ਉਹ ਸਰਦਾਰ ਸਿਮਰਜੀਤ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਘੱਟ ਗਿਣਤੀ ਕੌਮਾਂ ਦੇ ਨਾਲ ਨਾਲ ਖੜ ਕੇ ਡਟ ਕੇ ਪਹਿਰਾ ਦੇਵੇਗਾ। ਔਰ ਹਿੰਦੂਤਵਾ ਨੂੰ ਅਸੀਂ ਇਹ ਗੱਲ ਮੂੰਹ ਤੋੜ ਜਵਾਬ ਉਹਨਾਂ ਨੂੰ ਦੇਵਾਂਗੇ ਚੁਰਾਹੇ 'ਚ ਖੜ ਕੇ ਇਸ ਗੱਲ ਦਾ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ, ਬਲੀਦਾਨ ਨੂੰ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਠੀਕਰ ਫੋਰ ਦਿਲੀ ਸਰ ਪ੍ਰਭਪੁਰ ਕੀਆ ਪਿਆਣ, ਤੇਗ ਬਹਾਦਰ ਸੀਕ ਰਿਹਾ ਕਰੀ ਨਾ ਕਿਨੂੰ ਆਣ। ਅਸੀਂ ਕਿਸੇ ਦੇ ਧਰਮ ਦੇ, ਕਿਸੇ ਦੇਵੀ ਦੇਵਤੇ ਦੇ ਬਰਖਿਲਾਫ ਤਾਂ ਨਹੀਂ, ਲੇਕਿਨ ਜਦੋਂ ਕਿਸੇ ਕੌਮ ਨਾਲ, ਮਜ਼ਹਬ ਨਾਲ ਧੱਕਾ ਹੁੰਦਾ ਹੈ ਤਾਂ ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹਨਾਂ ਨੂੰ ਲਸਾਨੀ ਸ਼ਹਾਦਤ ਚੇਤੇ ਰੱਖਣੀ ਚਾਹੀਦੀ ਆ। ਜਿਸ ਦਿਨ ਇਹਨਾਂ ਦਾ ਧਰਮ ਡੁੱਬ ਰਿਹਾ ਸੀ, ਉਸ ਦਿਨ ਸਿੱਖਾਂ ਦੇ ਸਤਿਗੁਰਾਂ ਨੇ ਆਪਣਾ ਸੀਸ ਬਲੀਦਾਨ ਦੇ ਕੇ ਇਹਨਾਂ ਦਾ ਡੁੱਬਦਾ ਧਰਮ ਬਚਾਇਆ ਸੀ, ਇਹਨਾਂ ਦੇ ਮੰਦਰ ਢੱਟ ਰਹੇ ਸੀ, ਇਹਨਾਂ ਦੇ ਧਰਮ ਦਾ ਵਿਨਾਸ਼ ਹੋ ਰਿਹਾ ਸੀ। ਪਰ ਅੱਜ ਇਹ ਲੋਕ ਉਸ ਪਰਉਪਕਾਰ ਨੂੰ, ਸਿੱਖ ਧਰਮ ਨੂੰ, ਬਾਕੀ ਧਰਮਾਂ ਨੂੰ ਭੁੱਲ ਕੇ ਇਹ ਫਿਰ ਮੁਗਲ ਸਾਮਰਾਜ ਵਾਲੀ ਨੀਤੀ ਤੋਂ ਉੱਤਰ ਆਏ ਆ ਕਿ ਇੱਕ ਦੇਸ਼ ਇੱਥੇ ਇੱਕ ਕਦੀਮ ਨਹੀਂ ਵਾਪਰ ਸਕਦਾ। ਇੱਥੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਦਾ ਖੂਨ ਆ ਇਸ ਧਰਤੀ 'ਤੇ ਡੁੱਲਿਆ, ਖੂਨ ਦੀਆਂ ਨਦੀਆਂ ਇਸ ਕੌਮ ਨੇ ਵਗਾਈਆਂ ਨੇ। ਇਹ ਕਿਸੇ ਦੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦੇਵੇਗੀ। ਜੇ ਅੱਜ ਦੂਜਿਆਂ ਨਾਲ ਹੁੰਦੀ ਹੈ, ਪੜੋਸੀ ਕੇ ਜੋ ਹੂਆ ਤੂੰ ਆਪਣੇ ਭੀ ਜਾਣ, ਸੋ ਸਾਡੇ ਨਾਲ ਵੀ ਵਾਪਰ ਸਕਦਾ। ਸਾਨੂੰ ਸੁਚੇਤ ਹੋਣਾ ਚਾਹੀਦਾ, ਸਾਡੀਆਂ ਕੌਮਾਂ ਨੂੰ ਜਾਗਣਾ ਚਾਹੀਦਾ, ਜਾਗਣ ਦਾ ਵੇਲਾ, ਅਤੇ ਇਨਸਾਫ ਦੀ ਗੱਲ ਕਰਨ ਲਈ ਮੈਦਾਨ 'ਚ ਨਿਤਰੀਏ। ਸਰਦਾਰ ਸਿਮਰਨਜੀਤ ਸਿੰਘ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ, ਉਹਨਾਂ ਨਾਲ ਡਟ ਕੇ ਸਾਥ ਦਈਏ। ਸਮੁੱਚੀ ਉਹਨਾਂ ਦੀ ਟੀਮ, ਸਰਦਾਰ ਹਰਪਾਲ ਸਿੰਘ ਜੀ ਬਲੇਰ ਸਾਹਿਬ ਜਨਰਲ ਸੈਕਟਰੀ ਸਾਹਿਬ, ਸਰਦਾਰ ਭੁੱਲਰ ਸਾਹਿਬ ਫਿਰੋਜ਼ਪੁਰ ਤੋਂ, ਉਹਨਾਂ ਦੇ ਇੱਥੋਂ ਦੇ ਸੀਨੀਅਰ ਆਗੂ ਨੇ, ਸਮੁੱਚੀ ਟੀਮ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੱਥੇ ਪਹੁੰਚੀ ਹੋਈ ਹੈ ਮਲੋਟ ਦੇ ਵਿੱਚ। ਅਤੇ ਅਸੀਂ ਇਸ ਅਦਾਰੇ ਦਾ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਅਸੀਂ ਸਾਰੇ ਹੰਬਲਾ ਮਾਰ ਕੇ ਅਤੇ ਇੱਕ ਮੁੱਠ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਹਿੰਦੁਸਤਾਨ ਸਰਕਾਰ ਨੇ ਨਾਗਰਿਕਤਾ ਦੇ ਵਿਰੁੱਧ ਇੱਕ ਬਿੱਲ ਜਿਹੜਾ ਪਾਸ ਕਰ ਦਿੱਤਾ, ਜਿਹੜਾ ਇੱਕ ਧਰਮ ਦੇ ਆਧਾਰ 'ਤੇ ਉਹਨਾਂ ਬਣਾਇਆ ਗਿਆ, ਬਾਕੀ ਧਰਮਾਂ ਨੂੰ ਜਿਹੜਾ ਦਬਾਉਣ ਦੇ ਵਾਸਤੇ ਉਹਨਾਂ ਨੇ ਇੱਕ ਕੋਝੀ ਚਾਲ ਚੱਲੀ ਆ ਵੀ ਇਸ ਬਾਕੀ ਧਰਮਾਂ ਨੂੰ ਕਿਵੇਂ ਦਬਾਇਆ ਜਾਵੇ। ਉਹਨਾਂ ਨੇ ਜਾਣ ਬੁੱਝ ਕੇ ਜਿਹੜੇ ਸਿੱਖ ਆ ਉਹਨਾਂ ਨੂੰ ਹਿੰਦੂਆਂ ਦੀ ਲਿਸਟ ਵਿੱਚ ਪਾ ਕੇ ਸਾਬਤ ਕਰਨਾ ਚਾਹੁੰਦੇ ਆ ਕਿ ਸਿੱਖ ਹਿੰਦੂ ਆ, ਪਰ ਸਿੱਖ ਇੱਕ ਵੱਖਰੀ ਕੌਮ ਆ। ਅੱਜ ਉਸ ਕਾਨੂੰਨ ਦੇ ਆਧਾਰ 'ਤੇ
ਅੱਜ ਮੁਸਲਮਾਨਾਂ 'ਤੇ ਜ਼ੁਲਮ ਹੋ ਰਿਹਾ। ਅੱਜ ਵੇਖੋ ਜਿਸੇ ਵੀ ਕਿਸੇ ਨੇ ਕਾਨੂੰਨ ਦਾ ਵਿਰੋਧ ਕੀਤਾ ਉੱਥੇ ਨੌਜਵਾਨਾਂ ਦੇ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਨੇ, ਉਹਨਾਂ ਦੇ ਕਾਲਜਾਂ ਵਿੱਚੋਂ ਉਹਨਾਂ ਨੂੰ ਯੂਨੀਵਰਸਿਟੀਆਂ ਵਿੱਚੋਂ ਜਾ ਕੇ ਕੁੱਟ ਕੁੱਟ ਕੇ ਉਹਨਾਂ ਦਾ ਬੁਰਾ ਹਾਲ ਕੀਤਾ ਜਾਂਦਾ। ਇਹ ਕੋਈ ਜਿਹੜਾ ਇਨਸਾਨੀਅਤ ਥੋੜ੍ਹਾ, ਇਹ ਇੱਕ ਜ਼ੁਲਮ ਆ। ਜਿਹੜੇ ਸਾਡੇ ਗੁਰੂਆਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਇਸ ਕੌਮ ਨੂੰ ਬਚਾਇਆ ਸੀ, ਅੱਜ ਉਹ ਹੀ ਕੌਮ ਜਿਹੜੀ ਆ ਉਹ ਦੂਸਰੀ ਕੌਮ 'ਤੇ ਜ਼ੁਲਮ ਕਰ ਰਹੀ ਆ। ਸਿੱਖ ਕੌਮ ਜਿਹੜੀ ਆ ਜਿਹੜਾ ਵੀ ਜ਼ੁਲਮ ਕਰਦਾ ਉਹਦੇ ਵਿਰੋਧ ਹਰ ਵਕਤ ਖਲੋਂਦੀ ਆ, ਅਤੇ ਜਿਸ 'ਤੇ ਜ਼ੁਲਮ ਹੁੰਦਾ ਉਸ ਨੂੰ ਜ਼ੁਲਮ ਰੋਕਣ ਵਾਸਤੇ ਉਹਨੇ ਕੁਰਬਾਨੀਆਂ ਦਿੱਤੀਆਂ। ਇਸ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਹੈ ਇਹਦੇ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਹਨ, ਉਹਨਾਂ ਨੇ ਹਮੇਸ਼ਾ ਹੀ ਜਿਹੜੇ ਜ਼ੁਲਮ ਜਿਨ੍ਹਾਂ 'ਤੇ ਹੁੰਦਾ ਹੈ ਉਹਨਾਂ ਦੇ ਨਾਲ ਖੜ੍ਹੇ ਆ। ਅੱਜ ਵੀ ਉਹ ਉਹਨਾਂ ਦੇ ਨਾਲ ਖੜ੍ਹੇ ਆ, ਅਤੇ ਇਹਨਾਂ ਲੋਕਾਂ ਨੂੰ ਆਪਣੇ ਆਪ ਸਮਝ ਆਉਣੀ ਚਾਹੀਦੀ ਆ ਕਿ ਜਿਹੜਾ ਇਹ ਦੇਸ਼ ਵੰਡਣ ਵਾਲਾ ਕਾਨੂੰਨ ਬਣਾਇਆ ਇਹਨੂੰ ਦੁਬਾਰਾ ਇਹਨੂੰ ਸੋਧ ਕੇ ਇਹਨੂੰ ਰੱਦ ਕੀਤਾ ਜਾਵੇ, ਅਤੇ ਸਾਰਿਆਂ ਨੂੰ ਉਹਨਾਂ ਦੇ ਬਰਾਬਰਤਾ ਲਿਆਉਂਦੀ ਜਾਵੇ। ਜੋ ਸਾਡੇ ਗੁਰੂ ਨੇ ਸਾਡਾ ਸਿਧਾਂਤ ਦਿੱਤਾ, ਜੋ ਸਾਨੂੰ ਗੁਰੂ ਗ੍ਰੰਥ ਸਾਹਿਬ 'ਚ ਮਿਲਦਾ, ਸਾਰਿਆਂ ਨੂੰ ਦੁਬਾਰਾ ਉਹਦੇ ਵਿੱਚ ਲਿਆਂਦਾ ਜਾਵੇ। ਇਹੋ ਸਾਡੀ ਪਾਰਟੀ ਵੱਲੋਂ ਜਿਹੜੀ ਆ ਅਪੀਲ ਹੈ, ਲੋਕ ਜਿਹੜੇ ਆ ਇਸ ਕਾਲੇ ਕਾਨੂੰਨ ਦਾ ਜਿਹੜਾ ਵਿਰੋਧ ਕਰਨ, ਤਾਂ ਕਿ ਸਾਡੇ ਜਿਹੜਾ ਇੰਡੀਆ ਦੇ ਵਿੱਚ ਬਰਾਬਰਤਾ ਆ ਸਕੇ, ਹਰ ਧਰਮ ਬਰਾਬਰ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।